ਅੱਛਾ ਜੀ ਰਾਜਨਾਥ ਜਿਹੜੇ ਭਾਰਤ ਦੇ ਰੱਖਿਆ ਮੰਤਰੀ ਆ ਉਹਨਾਂ ਨੇ ਬ੍ਰਿਟੇਨ ਦੇ ਪੀਐਮ ਰਿਸ਼ੀ ਸੁੰਨਕ ਜਿਹੜੇ ਉਹਨਾਂ ਦੇ ਨਾਲ ਗਰਮ ਜੋਸ਼ੀ ਭਰੀ ਮੁਲਾਕਾਤ ਕੀਤੀ ਰੱਖਿਆ ਸਹਿਯੋਗ ਬਦਾਨ ਸਮੇਤ ਕਈ ਦੀਪਕਸ਼ੀਅ ਮੁੱਦਿਆਂ ਦੇ ਉੱਤੇ ਗਹਿਨ ਗੱਲਬਾਤ ਹੋਈ ਆ ਤੁਸੀਂ ਜਾ ਕੇ ਚੈੱਕ ਕਰਿਓ ਸੋ ਜੀ ਰੱਖਿਆ ਮੰਤਰੀ ਰਾਜਨਾਥ ਸਿੰਘ ਜਿਹੜੇ ਉਹਨਾਂ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੋਨਕ ਦੇ ਨਾਲ ਮੁਲਾਕਾਤ ਕਰਕੇ ਰੱਖਿਆ ਸਹਿਯੋਗ ਵਿਵਧਾਨ ਸਮੇਤ ਕਈ ਅਹਿਮ ਦਵਪਕਸ਼ੀਏ ਮੁੱਦਿਆਂ ਦੇ ਉੱਤੇ ਗੱਲਬਾਤ ਕੀਤੀ ਹੈ ਆਪਣੇ ਤਿੰਨ ਦਿਵਸੀਆ ਬ੍ਰਿਟੇਨ ਦੌਰੇ ਦੇ ਸਮਾਪਨ ਦੇ ਉੱਪਰ ਆਰਥਿਕ ਵਿਸ਼ਿਆਂ ਦੇ ਉੱਪਰ ਵੀ ਵਿਚਾਰ ਵਿਮਰਚ ਤੇ ਦੌਰਾਨ ਦੋਨੋਂ ਨੇਤਾਵਾਂ ਨੇ ਮੁਲਾਕਾਤ ਜਿਹੜੀ ਉਹਨਾਂ ਤੇ ਹੋਈ ਉਹ ਗਰਮ ਜੋਸ਼ੀ ਦੇ ਨਾਲ ਭਰੀ ਹੋਈ ਤੇ ਇਸ ਅਫਸਰ ਦੇ ਉੱਤੇ ਰਾਜਨਾਥ ਸਿੰਘ ਨੇ ਬ੍ਰਿਟੇਨ ਦੇ ਪਹਿਲੇ Hindu PM ਰਿਸ਼ੀ ਸੋਨਕ ਨੂੰ ਰਾਮ ਦਰਬਾਰ ਦੀ ਜਿਹੜੀ ਉਹ ਪ੍ਰਤਿਮਾ ਭੇਂਟ ਕੀਤੀ। ਸੋ ਜੀ ਬ੍ਰਿਟੇਨ ਦੌਰੇ ਦੇ ਉੱਪਰ ਗਏ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪੀਐਮ ਰਿਸ਼ੀ ਸੋਨਕ ਦੇ ਅਧਿਕਾਰਿਕ ਨਿਵਾਸ 10 ਡਾਊਨਿੰਗ ਸਟਰੀਟ ਦੇ ਵਿੱਚ ਮੁਲਾਕਾਤ ਦੇ ਦੌਰਾਨ ਕਿ ਦੋਨੋਂ ਦੇਸ਼ਾਂ ਨੇ ਆਪਣੇ ਇਤਿਹਾਸਿਕ ਸਬੰਧਾਂ ਨੂੰ ਆਧੁਨਿਕ ਬਹੁ-ਆਯਾਮੀ ਤੇ ਪਾਰਸਪਰੀਕ ਰੂਪ ਤੇ ਨਾਲ ਲਾਭਪਰਦ ਸਾਂਝੇਦਾਰੀ ਦੇ ਵਿੱਚ ਢਾਲਣ 'ਚ ਮਹੱਤਵਪੂਰਨ ਪ੍ਰਗਤੀ ਕੀਤੀ ਆ। ਰੱਖਿਆ, ਪ੍ਰੋਤੋਗਿਕ ਦੇ ਖੇਤਰ ਮਿਲ ਕੇ ਕੰਮ ਕਰਨ ਦੇ ਉੱਪਰ ਵਿੱਚ ਕੰਮ ਕਰਨ ਦੇ ਉੱਪਰ ਸਹਿਮਤੀ ਜਤਾਈਆ ਰੱਖਿਆ ਮੰਤਰੀ ਨੇ ਕਿਹਾ ਕਿ ਬ੍ਰਿਟੇਨ ਤੇ ਹੋਰ ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ ਨੂੰ ਸ਼ਾਂਤੀਪੂਰਨ ਤੇ ਸਥਿਰ વૈશ્વਿਕ ਨਿਯਮ ਆਧਾਰਿਤ ਵਿਵਸਥਾ ਨੂੰ ਮਜ਼ਬੂਤ ਕਰਨ ਦੇ ਲਈ ਭਾਰਤ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਆ ਤੇ ਭਾਰਤ ਦੇ ਉਥਾਨ ਦੇ ਵਿੱਚ ਸਹਿਯੋਗੀ ਬਣ ਸਕਦੇ ਆ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਸੁਨਕ ਨੇ ਵੀ ਵਪਾਰ ਰੱਖਿਆ ਤੇ ਪ੍ਰੋਦੋਗਿਕੀ ਦੇ ਖੇਤਰ ਦੇ ਵਿੱਚ ਦੋਨੋਂ ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨ ਦੇ ਉੱਪਰ ਸਹਿਮਤੀ ਬਿਆਨ ਕੀਤੀ ਤੇ ਇਸ ਦੇ ਨਾਲ ਨਾਲ ਉਹਨਾਂ ਨੇ ਉਮੀਦ ਜਤਾਈ ਕਿ ਦੋਨੋਂ ਦੇਸ਼ਾਂ ਦੇ ਵਿੱਚ ਚੱਲ ਰਹੇ ਮੁਕਤ ਵਪਾਰ ਸਮਝੌਤੇ ਨੂੰ ਸਫਲ ਨਿਸ਼ਕਰਸ਼ ਦੇ ਉੱਪਰ ਲਿਆਇਆ ਜਾ ਸਕਦਾ ਹੈ ਤੇ ਇਸ ਮੁਲਾਕਾਤ ਦੇ ਦੌਰਾਨ ਬਿਟੇ ਅੰਦਰ ਆਸ਼ਰ ਸਖਸ਼ਾ ਸਲਾਹਕਾਰ ਸਾਹਿਬ ਦੀ ਟੀਮ ਬੈਰੋ ਵੀ ਜਿਹੜੇ ਉਹ ਮੌਜੂਦ ਰਹੇ। ਸੋ ਜੀ ਚੈੱਕ ਕਰਿਓ ਇਹ ਸਾਰੀ ਜਿਹੜੀ ਖਬਰ ਆਈ ਹੋਈ ਆ ਤੇ ਯੂਕੇ ਚਾਹੇ ਹੋਇਆ ਤੇ ਹਰ ਜਗ੍ਹਾ ਤੇ ਇਹ ਚੱਲ ਰਹੀ ਹੈ।